ਪੱਠਿਆਂ ਨਾਲ ਜਿਹੜਾ ਨਸੀ ਵਾਪਸ ਆ ਗਿਆ ਪੱਠੇ ਅੱਜ ਤਾਂ ਪਰ ਸ਼ਾਮ ਨੂੰ ਵੱਡੇ ਨੇ ਕਿਉਂਕਿ ਕੱਲ ਸਵੇਰ ਜਿਹੜਾ ਨਾ ਜਾਂ ਫਿਰ ਚੱਲਿਆ ਜਾਣਾ ਮਾਰਨਾ ਕੰਮ ਤੇ ਤਾਂ ਪਰ ਜਿਹੜਾ ਨਾ ਮੈਂ ਆਖਿਆ ਮੈਂ ਜਿਹੜੇ ਪੱਠੇ ਵਟਾਏ ਨੇ ਬਾਕੀ ਜਿਹੜੇ ਨੂੰ ਕੁਤਰ ਸ਼ਿਤਰ ਮੈਂ ਲਈ ਤਾਂ ਪਰ ਪੱਠੇ ਜਿਹੜੇ ਨੂੰ ਹੁਣ ਵੱਧੇ ਤੇ ਸਵੇਰਾ ਤੁਸੀਂ ਰੋਟੀ ਚੈੱਕ ਕਰੋ ਸਵੇਰਾ ਜਿਹੜੇ ਮੇਰੇ ਆਂਤ ਪਾਇਆ ਜਿਹੜਾ ਨੇ ਇੱਕ ਰੋਟੀ ਜਿਹੜੀ ਜੇ ਬਲੀ ਆਖਿਆ ਮੈਨੂੰ ਪਕਾ ਦੇ ਤੇ ਹਾਲੀ ਗਿੱਧੀ ਜਿਹੜੀ ਨੂੰ ਸਵੇਰਾ ਪਕਾਈ ਤੇ ਬਾਕੀ ਦੀ ਰੋਟੀ ਆਟਾ ਉਵੇਂ ਪਿਆ ਜਿਹੜਾ ਮੈਂ ਹੁਣ ਪਕਾਉਣ ਲੱਗੀ ਹਾਂ ਕਿਉਂਕਿ ਮੈਂ ਪਹੁੰਚ ਆਈ ਹਾਂ ਤੇ ਸਾਲਾਂ ਜਿਹੜਾ ਨਾ ਇਹ ਰੂਹ ਨੇ ਪਕਾਇਆ ਅੰਡੇ ਬਣਾਏ ਸੀ ਤੇ ਜਿਹੜਾ ਨਾ ਪਿਆਜ਼ ਇਹਨਾਂ ਬੇਟੀਆਂ ਮੇਰੀਆਂ ਮੇਰੇ ਤੇ ਜਿਹੜਾ ਨਿਸ਼ਾਨ ਕਰ ਰੱਖਿਆ ਵੇਖ ਲਾਟਾ ਹੀ ਗੁੰਨ ਕੇ ਤੇ ਰੋਟੀਆਂ ਜਿਹੜਾ ਨਾ ਉਹ ਹੀ ਬਣਾ ਰੱਖੇ ਸਾਲਾਂ ਜਿਹੜਾ ਨੂੰ ਬਣਾ ਕੇ ਰੱਖੇ ਨੇ ਤੁਹਾਨੂੰ ਬਾਕੀ ਰੋਟੀਆਂ ਜਿਹੜੀਆਂ ਮੈਂ ਬਣਾ ਲੈਂਦੀ ਤੇ ਜਾਂ ਫਿਰ ਬਾਹਰ ਜਿਹੜੇ ਨੇ ਪੱਠੇ ਦਿੰਦਾ ਹੁੰਦਾ ਜੇਬ ਅਲੀ ਤੇ ਮੈਂ ਜਿਹੜਾ ਨਾ ਨਮਾਜ਼ ਤੇ ਪਹੁੰਚ ਆਇਆ ਤੇ ਬਾਕੀ ਬੱਚੇ ਜਿਹੜੇ ਰੋਜ਼ ਕਰ ਰਹੇ ਨੇ ਉਹ ਵੀ ਆ ਜਾਂਦੇ ਨੇ ਤੇ ਪੜ੍ਹ ਲੈਂਦੇ ਨੇ ਜੇਬ ਅਲੀ ਮੈਂ ਨਾਲ ਆਪ ਜਿਹੜਾ ਨਾ ਪੜ੍ਹਾਉਂਦੀ ਹਾਂ ਥੋੜ੍ਹਾ ਉੱਚਾ ਉੱਚਾ ਪੜ੍ਹਨੀ ਹਾਂ ਜੇਬ ਅਲੀ ਜਿਹੜਾ ਨਾ ਨਮਾਜ਼ ਆ ਜਾਂਦੀ ਕਿਉਂਕਿ ਆਹਿਸਤਾ ਜੇਬ ਅਲੀ ਕਿੱਥੋਂ ਥੋੜ੍ਹੀ ਬਹੁਤੀ ਨਹੀਂ ਆਉਂਦੀ ਆਹਿਸਤਾ ਜੇਬ ਅਲੀ ਜਿਹੜਾ ਨਾ ਨਮਾਜ਼ ਸਹੀ ਪੜ੍ਹੇ ਨੂੰ ਜਾਂ ਤਾਂ ਪਰ ਜੇਬ ਅਲੀ ਜਿਹੜਾ ਨਾ ਮੈਂ ਆਪਦੇ ਨਾਲ ਜਿਹੜਾ ਨਾ ਬਿਠਾ ਕੇ ਪੜ੍ਹਾਉਂਦੀ ਹਾਂ ਅਤੇ ਸਭ ਤੋਂ ਪਹਿਲੇ ਸਾਰਿਆਂ ਭੈਣਾਂ ਭਾਈਆਂ ਨੂੰ ਸੁਬਹ ਖੈਰ ਅੱਲਾ ਪਾਕ ਤੁਹਾਨੂੰ ਠੀਕ ਠਾਕ ਤੰਦਰੁਸਤ ਕਿਸੇ ਕਿਸਮ ਦੀ ਕੋਈ ਟੈਨਸ਼ਨ ਕੋਈ ਪਰੇਸ਼ਾਨੀ ਨਾ ਆਵੇ ਅੱਲਾ ਪਾਕ ਸਭ ਨੂੰ ਜਿੰਦੇ ਤੇ ਔਲਾਦ ਨਹੀਂ ਅੱਲਾ ਪਾਕ ਉਹਨਾਂ ਨੂੰ ਔਲਾਦ ਦੇਵੇ ਹਰ ਵਕਤ ਜਿਹੜਾ ਦੁਆਵਾਂ ਮੰਗਣੀਆਂ ਸੋਹਣਾ ਅੱਲਾ ਕਿਸੇ ਕਿਸਮ ਦੀ ਕਿਸੇ ਨੂੰ ਲੋੜ ਦੀ ਥੋੜ ਨਾ ਦੇ ਮੇਰੇ ਸੋਹਣਿਆ ਆਪਣੇ ਮਹਿਬੂਬ ਦੇ ਸਦਕੇ ਜਿਤਨੀ ਕਿ ਦੇਰ ਦੁਨੀਆਂ ਤੇ ਪੈਦਾਵਾਰ ਹੈ ਸਭ ਤੇ ਰਹਿਮਤ ਤਾ ਫਰਮਾ ਆਮੀਨ ਹੁਣ ਪੜ੍ਹਨੇ ਆ ਨਮਾਜ਼ ਸੁਬਹ ਸੁਬਹ ਮੈਂ ਨਾਸ਼ਤਾ ਬਣਾ ਲਈ ਜਾਂ ਫਿਰ ਨਾ ਖਾ ਤੂੰ ਬਿਜਲੀ ਵੀ ਚਲੀ ਜਾਂਦੀ ਬੱਤੀ ਮੈਂ ਤੂੰ ਜਿਹੜਾ ਨਾ ਉਹਨੂੰ ਦੇਰ ਪੱਠੇ ਕੁਤਰ ਲੱਗੇ ਕੋਈ ਸ਼ਾਮ ਨੂੰ ਵੱਢ ਕੇ ਆਇਆ ਤੇ ਪੱਠੇ ਕਿਉਂਕਿ ਜਾਂ ਫਿਰ ਚੱਲਿਆ ਜਾਣਾ ਮਾਰਨਾ ਤੇ ਮੈਂ ਆਖਿਆ ਤੂੰ ਪੱਠੇ ਕੁਤਰ ਨਾ ਪਾ ਦੇ ਜਿਹੜਾ ਨਾ ਮੈਂ ਪਾ ਪੂ ਲੈ ਸਾਂ ਤੇ ਬੱਚੇ ਨਾਸ਼ਤਾ ਕਰ ਲੈਂਦੇ ਫਿਰ ਜਿਹੜਾ ਜਾਂ ਫਿਰ ਵਾਸਤੇ ਤਿਆਰ ਕਰ ਲਈ ਜੇਬ ਅਲੀ ਯਾਦ ਕਰ ਰਿਹਾ ਹਾਂ ਜੇਬਲ ਜਿਹੜਾ ਨਾ ਚਾਹ ਨਾਲ ਖਾਂਦਾ ਬਿਲਕੁਲ ਅੰਡੇ ਦੀ ਮਰਾਜ ਰਾਤ ਨੂੰ ਜਿਹੜੀ ਇਹਨੇ ਬੱਚੀ ਆਈ ਉਹ ਪਈ ਬਾਕੀ ਦੇ ਬੱਚੇ ਜਿਹੜੇ ਨੂੰ ਮੰਮਾ ਸਹਿਣ ਲੈ ਗਿਆ ਆ ਸਵੇਰਾ ਦਾ ਪਿਆ ਧਿਆਲ ਆ ਰੋਹੀ ਦੀ ਰੋਟੀ ਪਿਆਰ ਦੋਵੇਂ ਬਹਿਣਾ ਵੀ ਹੋ ਗਏ ਜਾਂ ਫਿਰ ਜਿਹੜਾ ਨਿੱਕੋ ਜਿਹੜਾ ਜੱਗੂ ਵਿੱਚ ਆਉਂਦਾ ਪਿਆ ਗਾਲਾ ਹੀ ਲਾਉਂਦਾ ਪਿਆ ਮੈਂ ਜਿਹੜਾ ਨਾ ਨਾਸ਼ਤਾ ਬਣਾਉਣ ਦੀ ਬੰਦੀ ਸਵੇਰਾ ਨੂੰ ਬਾਬਾ ਆ ਗਈ ਅਸ ਚੁੱਲ੍ਹੇ ਤੇ ਚੱਲ ਰੋਟੀ ਖਾ ਲ ਚਾਹ ਲਾ ਤੂੰ ਜਾ ਮੈਂ ਪਕਾ ਲਈ ਜਾਂ ਫਿਰ ਪੱਠੇ ਕੁਤਰ ਕੇ ਆਇਆ ਤੇ ਪਿਆਂਦਾ ਹੱਥਾਂ ਦਾ ਜਿਹੜਾ ਨਾ ਖੂਨ ਵੀ ਜਿਵੇਂ ਰੋਕ ਗਿਆ ਕਿਉਂਕਿ ਅੱਜ ਕੱਕੂਰ ਪਿਆ ਹਾਂਜੀ ਵੀੜ ਸ਼ਵੀੜ ਅੱਜ ਕੋਈ ਨਹੀਂ ਕੱਕੂਰ ਆ ਮੌਸਮ ਬਿਲਕੁਲ ਸਾਫ਼ ਆ ਤੇ ਅੱਜ ਜਿਹੜਾ ਨਾ ਕੱਕਰ ਪਿਆ ਬਹੁਤ ਜ਼ਿਆਦਾ ਨਿਕਲ ਸੀ ਲੇਕਿਨ ਜਿਹੜਾ ਨਾ ਸਵੇਰ ਸਵੇਰ ਤਾਂ ਹੱਥ ਪੈਰ ਜਿਹੜੇ ਨੇ ਬਿਲਕੁਲ ਹੀ ਠਾਰ ਗਏ ਮੈਂ ਇਹ ਆਖਿਆ ਬਿਜਲੀ ਜਵਾਬ ਆਗ ਜਾਣੀ ਹੈ ਤਾਂ ਹਾਂ ਬਰਫ਼ ਜੰਮੀ ਪਈ ਚੱਲ ਅੱਲਾ ਖੈਰ ਕਰਸੀ ਤੇ ਨਾਸ਼ਤਾ ਪੱਕਾ ਪਿਆ ਉਹ ਖਾ ਲਓ ਚਲੋ ਖਾ ਲਈ ਜੇਬ ਲਈ ਯਾਦ ਕਰਕੇ ਖੁੱਤਾ ਜਿਹੜੇ ਨਾ ਦਾਣੇ ਬਣਾਉਂਦੀ ਪਈ ਅਸ ਜਾਂ ਫਿਰ ਜੀ ਗਿਆ ਹੋਇਆ ਇੱਥੇ ਛੋਟਾ ਜਿਹਾ ਸ਼ਹਿਰ ਉੱਥੇ ਜਿਹੜਾ ਮੈਂ ਕੱਲ੍ਹ ਜਿਹੜੇ ਨੀ ਕਿਵੇਂ ਆਈ ਕੋਈ ਨਾ ਸ਼ਾਹ ਵੰਡੀ ਤੇ ਉਹ ਸ਼ਾਹ ਹੀ ਲੈਣ ਗਿਆ ਤੇ ਮੈਂ ਕੁਝ ਜਿਹੜਾ ਨਾ ਬੱਚਿਆਂ ਕਾ ਸ਼ਾਹ ਲਈ ਹੂੰ ਕਿਹਨੂੰ ਲਾਇਆ ਤੇ ਬਾਕੀ ਕੱਪੜੇ ਮੈਂ ਧੋ ਕੇ ਤੋਂ ਜਿਹੜਾ ਨਾ ਮੈਂ ਦੂਸਰਾ ਛਾਂਟ ਰਹੀ ਹਾਂ ਦਾਣੇ ਕਿਉਂਕਿ ਬੱਚਿਆਂ ਜਿਹੜੀਆਂ ਜਰਸੀਆਂ ਜੁਰਸੀਆਂ ਸਕੂਲ ਦੀਆਂ ਮੰਮਾ ਸੈਨ ਦੂਸਰੀ ਪਾ ਗਿਆ ਤੇ ਜੇਬ ਅਲੀ ਵੀ ਤੇ ਹਾਲ ਜਿਹੜੇ ਨਾ ਧੋ ਦਿੱਤੇ ਨੇ ਕੱਪੜੇ ਕੱਢੀ ਜਿਹੜੇ ਨਾ ਬਾਈ ਹੋਰਾਂ ਲਿਆ ਨੇ ਗਾਂ ਦੇ ਮਨਾਫ ਪਰ ਕਿਉਂਕਿ ਲਾਲ ਕਰ ਦਿੱਤੀ ਇਹਨੇ ਅਤੇ ਸਾਰੇ ਭੈਣਾਂ ਦੀ ਰਾਹ ਜਿਹੜਾ ਨਾ ਉੱਧਰੋਂ ਪਾਰ ਵਾਲੇ ਲਿਆ ਕੇ ਦਰਿਆ ਪਾਰ ਆ ਵੀ ਦਰਿਆ ਤੋਂ ਪੱਲੀ ਸਾਈਡ ਤੋਂ ਉੱਥੋਂ ਆਏ ਨੇ ਅਸਲਾਮ ਅਲੈਕੁਮ ਮੇਰੇ ਪਿਆਰੇ ਭੈਣ ਭਾਈਆਂ ਮੇਰੇ ਔਫਿਸ ਰੋ ਬਾਅਦ ਰੋ ਤੁਸੀਂ ਸ਼ਸਤੇ ਮੁਸਕਰਾਉਂਦੇ ਰਹੋ ਤਲਮ ਦਿਲ ਅਸੀਂ ਬਿਲਕੁਲ ਠੀਕ ਠਾਕ ਹਾਂ ਅੱਜ ਦਾ ਵਿਲਾਗ ਜਿਹੜਾ ਸ਼ੁਰੂ ਕਰਨੇ ਹਾਂ ਕਿਉਂਕਿ ਥੋੜ੍ਹਾ ਲੇਟ ਸ਼ੁਰੂ ਕਰ ਰਹੀ ਹਾਂ ਕਾਫੀ ਸਾਰੇ ਜਿਹੜੇ ਨੇ ਮਹਿਮਾਨ ਆਏ ਹੋਏ ਤਾਂ ਪਰ ਜਿਹੜੇ ਨੇ ਵਿਲਾਗ ਬਿਲਕੁਲ ਇੰਨਾ ਮਹਿਮਾਨਾਂ ਦਾ ਬਣਾਇਆ ਕਿਉਂਕਿ ਅਫਸੋਸ ਦੀ ਪਾਰੂ ਆਏ ਹਨ ਭਾਈ ਉਹਨਾਂ ਦੀ ਗਾਂ ਦੀ ਪਾਰੂ ਗਾਂ ਜਿਹੜੀ ਨੇ ਫਿਰ ਕੱਲ੍ਹ ਸ਼ਾਮ ਜਿਹੜੇ ਨੇ ਹਲਾਲ ਕਰਕੇ ਜਿਹੜਾ ਨੇ ਪੂਰ ਦਿੱਤੀ ਇਹਨੇ ਤਾਂ ਪਰ ਜਿਹੜਾ ਗੱਡੀ ਬਣਾ ਕੇ ਦਰਿਆ ਵਾਲੀ ਸਾਈਡ ਜਿਹੜੇ ਨੇ ਆਏ ਹੋਏ ਮਹਿਮਾਨ ਅਤੇ ਤਾਂ ਪਰ ਜਿਹੜੇ ਨੇ ਵਿਲਾਗ ਬਿਲਕੁਲ ਜਿਹੜਾ ਨਾ ਅੱਜ ਕੋਈ ਨਹੀਂ ਬਣਾਇਆ ਅਤੇ ਅੱਲਾ ਪਾਕ ਜਿਹੜਾ ਨਾ ਉਹਨਾਂ ਸਬਰ ਦੇਵੇ ਅਤੇ ਅੱਲਾ ਪਾਕ ਜਿਹੜਾ ਉਹਦੇ ਥੱਲੇ ਜਿਹੜਾ ਬੱਚਾ ਹੈ ਅੱਲਾ ਪਾਕ ਉਹਨੂੰ ਤੰਦਰੁਸਤੀ ਅਤੇ ਠੀਕ ਠਾਕ ਰੱਖੇ ਕਿਉਂਕਿ ਜਿਹੜਾ ਨੂੰ ਉਹਨਾਂ ਕੋਲ ਤੋਂ ਹੀ ਸਾਰਾ ਹੈ ਅੱਲਾ ਪਾਕ ਉਹਨੂੰ ਠੀਕ ਠਾਕ ਰੱਖੇ ਅੱਜ ਦਾ ਵਿਲਾਗ ਬਿਲਕੁਲ ਛੋਟਾ ਜਿਹਾ ਅਤੇ ਆਪਦੇ ਭੈਣ ਭਾਈਆਂ ਨੇ ਥੋੜ੍ਹੀ ਬਹੁਤ ਜਿਹੜਾ ਨਾ ਸ਼ੇਅਰ ਕੀਤਾ ਜਿੰਨਾ ਕੀ ਆ ਅਤੇ ਇਸੇ ਨਾਲ ਯਾਦ ਭੈਣ ਭਾਈ ਕਹਿੰਦੇ ਇਜਾਜ਼ਤ ਅੱਲਾ ਹਾਫਿਜ਼।